ਫਾਜ਼ਿਲਕਾ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਅੱਜ ਐਨਐਚਐਮ ਐਮਪਲਾਈ ਯੂਨੀਅਨ ਨੇ ਦਿੱਤਾ ਧਰਨਾ। ਕੀਤੀ ਗਈ ਜੰਮ ਕੇ ਨਾਰੇਬਾਜ਼ੀ, ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ। ਫਾਜ਼ਿਲਕਾ ਦੇ ਵਿੱਚ ਅੱਜ ਸਿਵਲ ਸਰਜਨ ਦਫ਼ਤਰ ਦੇ ਬਾਹਰ ਐਨਐਚਐਮ ਐਮਪਲਾਈ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਫਾਜ਼ਿਲਕਾ ਦੇ ਸਿਵਲ ਸਰਜਨ ਨੂੰ ਵੀ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਦੇ ਵਿੱਚ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ ਗਈ। ਫਾਜ਼ਿਲਕਾ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਐਨਐਚਐਮ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਅੱਜ ਪੂਰੇ ਪੰਜਾਬ ਦੇ ਵਿੱਚ ਐਨਐਚਐਮ ਐਮਪਲਾਈਜ਼ ਯੂਨੀਅਨ ਦੇ ਮੈਂਬਰ ਹੜਤਾਲ 'ਤੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਕਿਸ ਤਰ੍ਹਾਂ ਦੀ ਹੜਤਾਲ ਹੈ? ਅਸੀਂ ਜੀ ਐਨਐਚਐਮ ਸਾਰੇ ਮੁਲਾਜ਼ਮ ਐਨਐਚਐਮ ਸਰਕਾਰ ਦੇ ਡਿਪਾਰਟਮੈਂਟ ਦੇ ਅਸੀਂ ਸਾਰੇ 2009 ਤੋਂ ਐਨ ਸਾਡੇ ਵਿੱਚੋਂ ਕਈ ਸਾਰੇ 2006 ਤੋਂ ਵੀ ਇਸ ਡਿਪਾਰਟਮੈਂਟ 'ਚ ਕੰਮ ਕਰ ਰਹੇ ਹੈ, ਪਰ ਸਾਰੇ ਹੀ ਕੰਟਰੈਕਚੁਅਲ ਹੈ, ਕੋਈ ਵੀ ਇੱਥੇ ਰੈਗੂਲਰ ਸੇਵਾਵਾਂ ਨਹੀਂ ਨਿਭਾ ਰਿਹਾ। ਸਾਡੀ ਇੱਕੋ ਇੱਕ ਡਿਮਾਂਡ ਹੈ ਕਿ ਸਾਨੂੰ ਰੈਗੂਲਰ ਕਰੋ, ਕਿਉਂਕਿ ਅਸੀਂ ਕੋਵਿਡ ਟਾਈਮ 'ਚ ਸਾਨੂੰ 1.5 ਸਾਲ ਹੋ ਗਿਆ ਸੀ ਇਹ ਕੰਮ ਕਰ ਰਹੇ ਹਾਂ ਸਾਰੇ ਜਿਹਨੇ ਕੋਵਿਡ ਟਾਈਮ 'ਚ, ਔਰ ਸਾਰੇ ਬਿਨਾਂ ਨਾਗਾ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਇੱਥੇ, ਤੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਰੈਗੂਲਰ ਕਰੋ। ਇਹ ਪੂਰਾ ਜ਼ਿਲ੍ਹਾ ਸਤਰ ਦੇ ਇਹ ਸਾਡਾ ਜ਼ਿਲ੍ਹਾ ਸਟਾਫ, ਜ਼ਿਲ੍ਹਾ ਫਾਜ਼ਿਲਕਾ ਸਾਰਾ ਇੱਥੇ ਇਕੱਠਾ ਹੋਇਆ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਹੀ ਸਾਰੇ ਕਰਮਚਾਰੀ ਇਕੱਠੇ ਹੋਏ ਆ, ਤੇ ਸਟੇਟ ਲੈਵਲ ਤੇ ਵੀ ਸਾਡੇ ਡਿਪਾਰਟਮੈਂਟ ਦੇ ਬੰਦੇ ਉੱਥੇ ਵੀ ਹੜਤਾਲ ਕਰ ਰਹੇ ਆ। ਕੀ ਨਾਂ ਤੁਹਾਡਾ ਜੀ? ਜਸਪਿੰਦਰ ਕੌਰ, ਡਿਸਟ੍ਰਿਕਟ ਅਕਾਊਂਟੈਂਟ। ਸਾਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ। ਸਰਕਾਰ ਵੱਲੋਂ ਹਮੇਸ਼ਾ ਇਹੋ ਹੀ ਕਹਿ ਦਿੱਤਾ ਜਾਂਦਾ ਕਿ ਤੁਹਾਨੂੰ ਪੱਕੇ ਨਹੀਂ ਕੀਤਾ ਜਾ ਸਕਦਾ, ਪਰ ਹਰਿਆਣਾ ਗੌਰਮੈਂਟ ਜਾਂ ਬਾਕੀ ਗੌਰਮੈਂਟ ਵੱਲੋਂ ਦੁਆਰਾ ਐਨਐਚਐਮ ਦੇ ਕਰਮਚਾਰੀਆਂ ਨੂੰ ਵਾਰ-ਵਾਰ ਪੱਕੇ ਕੀਤਾ ਜਾ ਚੁੱਕਾ। ਅਸੀਂ ਇਹੀ ਚਾਹੁੰਦੇ ਕਿ ਸਰਕਾਰ ਸਾਨੂੰ ਜਲਦੀ ਜਲਦੀ ਪੱਕਾ ਕਰੇ ਤੇ ਸਾਡਾ ਦਿੱਤਾ ਸਾਨੂੰ ਮਾਨ ਸਨਮਾਨ ਦਿੱਤਾ ਜਾਵੇ। ਕੀ ਨਾਂ ਤੁਹਾਡਾ ਜੀ? ਦਵਿੰਦਰ ਕੌਰ, ਬਲਾਕ ਅਕਾਊਂਟੈਂਟ। ਹਾਂਜੀ ਸਰ, ਮੇਰਾ ਨਾਮ ਪ੍ਰਵੀਨ ਰਾਏ ਆ, ਬਲਾਕ ਕੋਈਖੇੜਾ ਤੋਂ, ਅਤੇ ਮੈਂ ਅੱਜ CHO ਕੰਮ ਕਰ ਰਿਹਾ ਕੋਈਖੇੜਾ ਦੇ ਤਣਾਅ ਤਾਂ ਜੀ। ਹਾਂਜੀ, ਐਨਐਚਐਮ ਦੇ ਵਿੱਚ ਅਸੀਂ 10-15 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ। ਹੁਣ ਕੋਵਿਡ ਦਾ ਇੰਨਾ ਕੰਮ ਸੈਂਪਲਿੰਗ ਦਾ ਜਿਹੜਾ ਹੈ ਉਹ ਮੇਨ CHO ਦੇ ਥਰੂ ਹੋ ਰਿਹਾ, CHO ਹੀ ਸੈਂਪਲ ਲੈ ਰਹੇ, ਵੈਕਸੀਨੇਸ਼ਨ ਦਾ ਵੀ ਕੰਮ CHO ਹੀ ਕਰ ਰਹੇ ਆ। ਜਿਹੜੇ ਕੈਪਟਨ ਸਰਕਾਰ ਦੀ ਨੀਤੀਆਂ ਕੱਚੇ ਵਾਲੀ, ਉਹਦਾ ਅਸੀਂ ਪੂਰਾ ਬਾਈਕਾਟ ਕਰਦੇ ਹਾਂ। ਜਿਹੜਾ ਉਹਨਾਂ ਨੇ ਸ਼ਬਦ ਕੱਲ ਵਰਤਿਆ ਬਕਵਾਸ ਵਾਲਾ, ਉਹਦਾ ਅਸੀਂ ਪੂਰਾ ਵਿਰੋਧ ਕਰਦੇ ਹਾਂ ਅਤੇ ਬਾਈਕਾਟ ਕਰਦੇ ਹਾਂ। ਸਾਡੀ ਬਸ ਇੱਕੋ ਇੱਕ ਮੰਗ ਹੈ, ਸਾਨੂੰ ਪੱਕੇ ਕਰਿਆ ਜਾਵੇ। ਹਾਂਜੀ, ਕੀ ਨਾਂ ਤੁਹਾਡਾ ਜੀ? ਪਰਮਿੰਦਰ ਸਿੰਘ, ਸਿਵਲ ਹਸਪਤਾਲ ਫਾਜ਼ਿਲਕਾ, ਲੈਬੋਰਟਰੀ ਟੈਕਨੀਸ਼ੀਅਨ। ਅਸੀਂ ਐਨਐਚਐਮ ਯੂਨੀਅਨ ਪੂਰਨ ਤੌਰ 'ਤੇ ਸਰਕਾਰ ਦਾ ਬਾਈਕਾਟ ਕਰਦੇ ਹਾਂ ਇਸ ਵਿਰੋਧ ਦੇ ਵਿੱਚ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਜਾਂ ਸਾਨੂੰ ਰੈਗੂਲਰ ਪੇ ਸਕੇਲ ਦਿੱਤੇ ਜਾਣ। ਅਸੀਂ ਕਾਫੀ ਲੰਬੇ ਟਾਈਮ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ, ਸਰਕਾਰ ਦਾ ਪੂਰਾ ਸਾਥ ਦੇ ਰਹੇ ਹਾਂ, ਪਰ ਸਰਕਾਰ ਸਾਡਾ ਸਾਥ ਬਿਲਕੁਲ ਨਹੀਂ ਦੇ ਰਹੀ। ਅਸੀਂ ਇਸ ਚੀਜ਼ ਦੇ ਵਿੱਚ ਵਿਰੋਧ ਦੇ ਵਿੱਚ ਹਾਂ ਕਿ ਸਰਕਾਰ ਨੂੰ ਇੱਕ ਵਾਰ ਸਾਡੇ ਲਈ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹਨਾਂ ਦੀ ਕੋਈ ਮਜਬੂਰੀ ਹੈ ਜਾਂ ਇਹ ਆਪਣੀ ਤਨਦੇਹੀ ਨਾਲ ਕੰਮ ਕਰ ਰਹੇ ਹਨ, ਤਾਂ ਅਸੀਂ ਇਹਨਾਂ ਦੇ ਹੱਕਾਂ ਵਾਸਤੇ ਆਪਦੀ ਆਵਾਜ਼ ਜਿਹੜੀ ਹੈ ਉਠਾ ਰਹੇ ਹਾਂ, ਬਿਲਕੁਲ ਜਾਇਜ਼ ਉਠਾ ਰਹੇ ਹਾਂ। ਅਸੀਂ ਇਹਨਾਂ ਦੇ ਜੋ ਇਹਨਾਂ ਨੂੰ ਹੱਕ ਦਿੱਤੇ ਜਾਣ, ਅਤੇ ਅਸੀਂ ਸਰਕਾਰ ਦਾ ਪੂਰੇ ਤੌਰ 'ਤੇ ਸਮਰਥਨ ਅਤੇ ਉਹਨਾਂ ਦੇ ਨਾਲ ਖੜਨ ਨੂੰ ਤਿਆਰ ਹਾਂ। ਇਹੋ ਜਿਹੀ ਮੁਸੀਬਤ ਦੀ ਘੜੀ ਦੇ ਵਿੱਚ ਵੀ ਅਸੀਂ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਾਂ, ਪਰ ਇੱਕ ਦਿਨ ਦੀ ਸਟ੍ਰਾਈਕ ਅਤੇ ਸਾਡੇ ਹੱਕਾਂ ਦੀ ਮੰਗ ਜੋ ਅਸੀਂ ਸਰਕਾਰ ਦੇ ਅੱਗੇ ਰੱਖਦੇ ਹਾਂ, ਤਾਂ ਸਰਕਾਰ ਸਾਡਾ ਇਸ ਚੀਜ਼ ਦਾ ਜਿਹੜਾ ਹੈਗਾ ਵਿਰੋਧ ਸਮਝ ਕੇ ਸਰਕਾਰ ਇਸ ਚੀਜ਼ ਨੂੰ ਨੈਗੇਟਿਵ ਲੈ ਕੇ ਜਾ ਰਹੀ ਹੈ। ਪਰ ਇੱਕ ਵਾਰ ਕੈਪਟਨ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਪੋਜ਼ਿਟਿਵਿਟੀ ਸਾਡੇ ਵਿਚਾਰਾਂ 'ਤੇ ਅਤੇ ਸਾਡੀਆਂ ਮੰਗਾਂ ਦੇ ਉੱਪਰ ਇੱਕ ਵਾਰੀ ਵਿਚਾਰ ਜ਼ਰੂਰ ਕਰੇ, ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਵੀ ਇਹ ਆਪਣੀਆਂ ਜਾਇਜ਼ ਮੰਗਾਂ ਦੇ ਲਈ, ਆਪਣੇ ਹੱਕਾਂ ਦੇ ਲਈ ਬਿਲਕੁਲ ਸਹੀ ਲੜ ਰਹੇ ਨੇ। ਧੰਨਵਾਦ। ਤੁਹਾਡਾ? ਹਾਂਜੀ, ਡਾਕਟਰ ਮੁਕੇਸ਼, ਹੋਮੋਪੈਥਿਕ ਮੈਡੀਕਲ ਅਫਸਰ, CSCC ਤੋਂ। ਅਸੀਂ ਕਰੀਬ 12 ਤੋਂ 15 ਸਾਲ ਹੋ ਗਏ ਸਾਨੂੰ ਕੱਚੇ ਤੌਰ 'ਤੇ ਕੰਮ ਕਰਦੇ ਹੋਏ। ਅਸੀਂ ਪੂਰੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਾਂ, ਅਤੇ ਇਸ ਭਿਅੰਕਰ ਟਾਈਮ ਕਰੋਨਾ ਕਾਲ 'ਚ ਵੀ ਸਾਨੂੰ ਪੂਰੀ ਡਿਊਟੀ ਕਰਨੀ ਪੈ ਰਹੀ ਹੈ। ਅਤੇ ਜਿਵੇਂ ਕਿ ਹੋਰ ਮਹਿਕਮਿਆਂ 'ਚ ਮੁਲਾਜ਼ਮ ਸਰਕਾਰ ਪੱਕੇ ਕਰ ਰਹੀ ਹੈ, ਜਿਵੇਂ SSA ਰੰਗਸਾ ਨੂੰ ਡਿਪਾਰਟਮੈਂਟ 'ਚ ਲੈ ਕੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ। ਸਾਡੀ ਵੀ ਇਹੀ ਡਿਮਾਂਡ ਹੈ ਕਿ ਸਾਨੂੰ ਵੀ ਉਹਨਾਂ ਦੀ ਤਰਜ਼ 'ਤੇ ਵਿਭਾਗ 'ਚ ਲੈ ਕੇ ਸਾਨੂੰ ਰੈਗੂਲਰ ਕੀਤਾ ਜਾਵੇ। ਨਾ ਮੰਗ ਪੱਤਰ ਹੈ, ਔਰ ਕੀ ਇਹਨਾਂ ਦੀਆਂ ਮੰਗਾਂ ਨੇ ਜੀ? ਅੱਜ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਉਹਨਾਂ ਦੀਆਂ ਮੰਗਾਂ ਨੇ ਕਿ ਸਾਨੂੰ ਪੱਕਾ ਕਰੋ ਅਤੇ ਸਾਨੂੰ ਦੂਜਿਆਂ ਰਾਜਾਂ ਦੇ ਬੇਸ ਦੇ ਉੱਤੇ ਜੋ ਉੱਥੇ ਇੰਪਲੀਮੈਂਟ ਹੋਈਆਂ ਨੇ ਗੱਲਾਂ ਜਾਂ ਸੁਪਰੀਮ ਕੋਰਟ ਦੇ ਫੈਸਲੇ ਇੰਪਲੀਮੈਂਟ ਹੋਏ ਨੇ ਉਹ ਕਰਨ। ਅਸੀਂ ਇਸ ਤਰ੍ਹਾਂ ਦਾ ਜਿਹੜਾ ਹੈ ਮੰਗਾਂ ਦਾ ਪੱਤਰ ਸਰਕਾਰ ਨੂੰ ਪਹੁੰਚਦਾ ਕਰਾਂਗੇ।